ਜੇ ਆਪਾਂ ਡਾਇਰੈਕਸ਼ਨ ਦੇ ਤੌਰ 'ਤੇ ਗੱਲ ਕਰੀਏ ਤਾਂ ਪਿਕਚਰ ਦਾ ਪੱਧਰ ਬਹੁਤ ਹੀ ਵਧੀਆ ਸੀ, ਬਹੁਤ ਹੀ ਵਧੀਆ ਕੁਆਲਿਟੀ ਦੀ ਪਿਕਚਰ ਬਣੀ ਹੈ। ਇਸ ਲੈਵਲ ਦੀਆਂ ਪਿਕਚਰਸ ਬਾਲੀਵੁੱਡ ਅਤੇ ਹਾਲੀਵੁੱਡ 'ਚ ਬਣਦੀਆਂ ਨੇ। ਪੰਜਾਬੀ ਪਿਕਚਰ ਪਹਿਲੀ ਵਾਰ ਇੰਨੀ ਵਧੀਆ ਕੁਆਲਿਟੀ ਦੇਖੀ ਹੈ। ਬਹੁਤ ਹੀ ਸੈਂਸਿਟਿਵ ਟੌਪਿਕ ਸੀ, ਕੰਟਰੋਵਰਸ਼ੀਅਲ ਵੀ ਹੈ ਕਾਫੀ ਜ਼ਿਆਦਾ ਇੰਡੀਆ ਦੇ ਹਿਸਾਬ ਨਾਲ, ਪਰ ਇਹਨਾਂ ਨੇ ਜੋ ਰਿਐਲਿਟੀ ਸੀ ਬਹੁਤ ਵਧੀਆ ਤਰੀਕੇ ਨਾਲ ਪ੍ਰਜੈਂਟ ਕੀਤੀ ਹੈ। ਮੈਂ ਅੱਜ ਪਹਿਲੀ ਵਾਰੀ ਇੱਕ ਇਹੋ ਜਿਹੀ ਅਸਲੀਅਤ ਮੂਵੀ ਦੇਖੀ ਆ ਅਤੇ ਬਹੁਤ ਹੀ ਵਧੀਆ ਮੂਵੀ ਲੱਗੀ ਜੀ। ਅਤੇ ਅਸਲੀਅਤ ਜਿਹਦੇ ਵਿੱਚ ਦਿਖਾਈ ਗਈ ਆ, ਅਤੇ ਮੈਂ ਤਾਂ ਕਹਿੰਦਾ ਹੋਰ ਵੀ ਇਹੋ ਜਿਹੀਆਂ ਮੂਵੀਆਂ ਬਣ ਤਾਂ ਆਪਣੇ ਪਰਿਵਾਰ ਸਮੇਤ ਬੱਚਿਆਂ ਦੇ ਨਾਲ ਸਾਰੇ ਹੀ ਪੰਜਾਬੀ ਅਤੇ ਸਾਰੇ ਹੀ ਸਿੱਖ ਜ਼ਰੂਰ ਮੂਵੀ ਦੇਖੇ। ਮੇਰੇ ਕੋਲ ਲਫਜ਼ ਨਹੀਂ ਹੋ ਜਾਏ ਜਿਸ ਤਰ੍ਹਾਂ ਮੈਂ ਮੂਵੀ ਦਾ ਦੱਸ ਸਕਾਂ। The premiere today of Sada Haq was a great success in Surrey. We urge all the youth to come out, watch this movie. That is a good depiction of our history post-1984 in Punjab. It's very educational and entertaining. So again, we would like to appeal to all the youth to come out and watch this film. Saaf Suthri, Mayari, Ate Samajik, Sabhyacharik, Rajneetik, Ate Dukhantak Pahluan Pesh Kardi Film Hai, Jedi Ke Darshaka Ne Badi Hi Utshaah Naal Dekhi Hai. It was an excellent movie, inspiring a generation to rise once again. We're all from the same land, from the sons and daughters of Punjab. And this movie really reflects on the fact that we once again have to like rise together to ensure that the safety of Punjab, the safety of the resources of Punjab and the people of Punjab is in our hands. Living in the Western world and the diaspora community, we have to become a voice for the voiceless. ਸਾਡਾ ਹੱਕ ਮੂਵੀ ਮੈਂ ਅੱਜ ਦੂਸਰੀ ਵਾਰੀ ਦੇਖੀ ਆ ਐਂਡ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਹਲਕੀਆਂ ਫੁਲਕੀਆਂ ਫਿਲਮਾਂ ਤਾਂ ਬਹੁਤ ਆਉਂਦੀਆਂ ਨੇ, ਦੇਖਦੇ ਵੀ ਹਾਂ ਅਸੀਂ, ਚੱਲਦੀਆਂ ਵੀ ਨੇ। ਇਹੋ ਜਿਹੀ ਫਿਲਮ ਸ਼ਾਇਦ ਪਹਿਲੀ ਵਾਰੀ ਆਈ ਆ ਸਿਨੇਮਾ ਦੇ ਵਿੱਚ ਐਂਡ ਪੰਜਾਬ ਦੇ ਇਤਿਹਾਸ 'ਤੇ ਇਹ ਸੱਚੀ ਕਹਾਣੀਆਂ, ਕੁਛ ਮਸ਼ਹੂਰ ਕਹਾਣੀਆਂ ਜੋ ਵਾਪਰੀਆਂ ਨੇ ਉਸ ਦੀ ਸੱਚਾਈ ਆ। ਐਂਡ 2 ਘੰਟੇ 15 ਮਿੰਟਾਂ ਦੇ ਵਿੱਚ ਇਹਨਾਂ ਨੇ ਬਿਲਕੁਲ ਕਈ ਜਿਹੜੇ ਸੈਂਸਿਟਿਵ ਇਸ਼ੂਜ਼ ਨੇ ਉਹਨਾਂ ਨੂੰ ਇੱਕ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਬੰਦ ਕਰ ਦਿੱਤਾ। ਇਨਸਾਨ ਕੋਈ ਵੀ ਹੋਵੇਗਾ, ਮੂਵੀ ਦੇਖ ਕੇ ਸੋਚਣ 'ਤੇ ਮਜਬੂਰ ਜ਼ਰੂਰ ਹੁੰਦਾ। I think it's really important that this film captured is the serious character of the Sikhs and the militants at the time, and they also were provided a context within which we are better understanding why many took arms. ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਮੂਵੀ ਆਣ ਕੇ ਜ਼ਰੂਰ ਦੇਖੋ, ਕਿਉਂਕਿ ਜਿਹੜੇ ਪਿਛਲੇ ਭੁਲੇਖੇ ਆ ਸਾਡੇ ਮਨਾਂ ਦੇ ਵਿੱਚ, ਜਿਹੜੇ ਏਡਾ ਲੰਬਾ ਦੌਰ ਚੱਲਿਆ ਉਹਦੇ ਵਿੱਚ ਜਿਹੜੇ ਭੁਲੇਖੇ ਪਾਏ ਗਏ ਸਾਡੇ ਮਨਾਂ ਦੇ ਵਿੱਚ, ਉਹ ਸਾਰੇ ਭੁਲੇਖੇ ਸਾਡੇ ਜਿਹੜੇ ਆ ਦੂਰ ਹੋ ਸਕਦੇ ਜੇ ਅਸੀਂ ਇਹ ਮੂਵੀ ਨੂੰ ਦੇਖੀਏ। ਇਹ ਬਹੁਤ ਹੀ ਫਸਟ ਟਾਈਮ ਮੈਂ ਦੇਖਿਆ ਕਿ ਇੰਨੀ ਵਧੀਆ ਜਿਹੜੀ ਮੂਵੀ ਤਿਆਰ ਕੀਤੀ ਗਈ ਆ, ਅਤੇ ਇਹ ਜ਼ਰੂਰ ਵੇਖਣੀ ਚਾਹੀਦੀ ਹੈ। ਅਸੀਂ ਇਕਜੁੱਟ ਹੋ ਕੇ ਫਿਰ ਸਾਡੇ ਜਿਹੜੇ ਹੱਕ ਹੈਗੇ ਆ, ਸਾਡੇ ਨਾਲ ਜਿਹੜੇ ਵਿਤਕਰੇ ਹੁੰਦੇ ਆ, ਉਹਦੇ ਲਈ ਇੱਕ ਸਾਂਝੀ ਆਵਾਜ਼ ਲੈ ਕੇ ਆਈਏ, ਤਾਂ ਕਿ ਫਿਰ ਇਹ ਜਿਹੜਾ ਦੁੱਖ ਭਰਿਆ ਪੀਰੀਅਡ ਪੰਜਾਬ 'ਚ ਕਦੀ ਨਾ ਆਵੇ। ਔਰ ਮੈਂ ਆਸ ਕਰਦਾ ਔਰ ਵਧਾਈ ਦਿੰਦਾ ਇਸ ਮੂਵੀ ਦੇ ਜਿਹੜੇ ਪ੍ਰੋਡਿਊਸਰ ਸਿੱਧੂ ਸਾਹਿਬ ਅਤੇ ਡਾਇਰੈਕਟਰ ਸਾਹਿਬ, ਜਿਨ੍ਹਾਂ ਨੇ ਇੰਨਾ ਸੋਹਣਾ ਸਾਡੇ ਲਈ ਇਸ ਨਵੀਂ ਲਹਿਰ ਦੀ ਮੂਵੀ ਨੂੰ ਲੈ ਕੇ ਆਉਂਦਾ। First going into the movie, I haven't watched the movie and I work with CSE and I haven't watched it and I've been promoting it, and then going into the theater and watching the movie and seeing the scenes play out in my head, I can't tell you how many times I had goosebumps crawling through my skin. ਬਹੁਤ ਹੀ ਵਧੀਆ ਮੂਵੀ ਹੈ ਦੇਖਣ ਵਾਲੀ ਆ, ਆਪਣੀ ਹਿਸਟਰੀ ਨੂੰ ਦੁਬਾਰਾ ਫੇਰ ਮੁੜ ਕੇ ਯਾਦ ਜ਼ਰੂਰ ਰੱਖਣਾ ਚਾਹੀਦਾ ਜਿੱਦਾਂ ਦੀ ਆਪਣਾ 84 ਵਿੱਚ ਹੋਇਆ। ਬਾਕੀ ਇਸ ਤੋਂ ਵੱਧ ਬੋਲ ਨਹੀਂ ਹੁੰਦਾ ਦੇਖਣ ਵਾਲੇ ਪਲੀਜ਼। ਕੋਸ਼ਿਸ਼ ਹੈ ਜੀ ਉਸ ਸਮੇਂ ਨੂੰ ਜਿਸ ਨੂੰ ਕੈਮਰਾਬੱਧ ਕਰਨਾ ਬਹੁਤ ਔਖਾ ਹੈ, ਪਰ ਫਿਰ ਵੀ ਬਹੁਤ ਵਧੀਆ ਕੋਸ਼ਿਸ਼ ਹੈ। ਮੈਂ ਸਮੁੱਚੇ ਸਿੱਖ ਜਗਤ ਨੂੰ ਇਹ ਬੇਨਤੀ ਕਰਦਾ ਵੀ ਘਰਾਂ 'ਚੋਂ ਨਿਕਲ ਕੇ ਇਸ ਮੂਵੀ ਨੂੰ ਦੇਖੋ, ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਜਿਹੜੇ ਉਸ ਟਾਈਮ ਤੋਂ ਬਾਹਰ ਦੇ ਬੋਰਨ ਹਨ।